ਇਹ ਮਾਲਾ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਉੱਤੋਂ ਇੱਕ ਵਰਨਾ ਕਾਰ ਜਿਹੜੀ ਪੁਲ ਦੇ ਉੱਤੋਂ ਖੋਈ ਗਈ ਸੀ। ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਅਨਮੋਲ ਅਤੇ ਅੰਮ੍ਰਿਤਪਾਲ ਜਿਹੜੇ ਸੀਗੇ 28/12/23 ਨੂੰ ਗ੍ਰਿਫਤਾਰ ਕਰ ਲਏ ਸੀਗੇ। ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਨਿਹਾਲ ਸਿੰਘ ਬਾਰੇ ਕੀਤੀ ਹੈਗੀ ਹੈ, ਜਿਹੜਾ ਕਿ ਠੱਠ ਕੇ ਪਿੰਡ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਆ, ਇਹਨੂੰ ਗ੍ਰਿਫਤਾਰ ਕਰਕੇ। ਇਹ ਵੀ ਇਹਦੇ ਗੱਡੀ ਖੋਹਣ ਵਾਲੇ ਦੇ ਵਿੱਚ ਖੋਹ ਕਿਉਂ ਸੀਗਾ, ਔਰ ਇਹਦੇ ਕੋਲ ਅੱਜ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘ ਹੈ ਬਹੁਤ ਡੈਡਲੀ ਕ੍ਰਿਮੀਨਲ ਹੈਗਾ, ਔਰ ਇਹਦੇ ਵਿੱਚ ਇਹ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਆ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਵਾਲੇ ਡੇਰੇ ਬਾਬਾ ਨਾਨਕ SHO ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਮੁਕੱਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਤਾਰ ਕੀਤੀ ਹੈ। ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਦੇ ਪਰਚੇ ਤੋਂ ਇਲਾਵਾ ਇਹਦੇ ਉੱਤੇ 4 ਮੁਕੱਦਮੇ ਹੋਰ ਹੈਗੇ ਨੇ। ਇੱਕ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ, ਇੱਕ 67 ਨੰਬਰ ਮੁਕੱਦਮਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਬਟਾਲੇ ਦਾ ਹੈਗਾ, 118 ਨੰਬਰ ਮੁਕੱਦਮਾ ਡੇਰਾ ਬਾਬਾ ਨਾਨਕ ਦਾ ਜਿਹੜਾ ਹੈਗਾ ਆ, ਅਤੇ ਜਿਹੜਾ ਇੱਕ 51 ਨੰਬਰ ਮੁਕੱਦਮਾ ਉਹ ਵੀ ਡੇਰੇ ਬਾਬਾ ਨਾਨਕ ਦਾ। ਇਹ ਜਿਹੜੇ ਤਿੰਨ ਮੁਕੱਦਮੇ ਹੈਗੇ ਨੇ, ਦੋ ਮੁਕੱਦਮੇ ਇਹਦੇ ਵਿੱਚ ਆਰਮਸ ਐਕਟ ਦੇ ਇਲੀਗਲ ਵੈਪਨਸ ਦੇ ਹੈਗੇ ਨੇ, ਇੱਕ ਮੁਕੱਦਮੇ ਦਾ ਝਗੜੇ ਦਾ ਹੈਗਾ, ਔਰ ਇੱਕ ਜਿਹੜਾ ਸਾਡੇ ਵਾਲਾ ਮੁਕੱਦਮਾ ਇਹ ਜਿਹੜੇ ਲੁੱਟਾਂ ਖੋਹਾਂ ਵਾਲਾ ਵਾਰਦਾਤ ਹੈ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕੱਦਮੇ ਇਹਦੇ 'ਤੇ ਦਰਜ ਨੇ, ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ, ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੈਂਟੋਨਮੈਂਟ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਕਾਮਯਾਬੀ ਕੀਤੀ ਹੈ। ਥੈਂਕ ਯੂ ਸਰ। ਗੱਡੀ ਫੜਨ ਦਾ ਮੇਨ ਮੋਟਿਵ ਕੀ ਹੈਗਾ ਜੀ ਉਹਦਾ, ਗੱਡੀ ਜਿਹੜੀ ਗੱਡੀ ਖੋਹ ਕੀਤੀ ਸੀ, ਜਿਹੜੀ ਇਹਨਾਂ ਦਾ ਗੱਡੀ ਖੋਹ ਕਰਕੇ ਵੇਚਦੇ ਸੀਗੇ ਜੀ, ਪਰ ਇਹ ਇਹਦੇ ਜਿਹੜੇ ਪਹਿਲੇ ਦੋ ਸਾਥੀ ਹੈਗੇ ਆ ਉਹ ਫੜੇ ਜਾ ਚੁੱਕੇ ਸੀਗੇ 2012-20 ਫੜੇ ਗਏ ਸੀਗੇ, ਉਹ ਜਿਹੜੇ 28/12 ਨੂੰ ਫੜੇ ਗਏ ਸੀਗੇ, 23 ਨੂੰ ਜੀ ਫੜੇ ਗਈ ਸੀ, ਉਹਨਾਂ ਕੋਲੋਂ ਉਦੋਂ ਬਰਾਮਦ ਹੋਈ ਸੀ। ਇਹ ਮਾਲਾ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਉੱਤੋਂ ਇੱਕ ਵਰਨਾ ਕਾਰ ਜਿਹੜੀ ਪੁਲ ਦੇ ਉੱਤੋਂ ਖੋਈ ਗਈ ਸੀ। ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਅਨਮੋਲ ਅਤੇ ਅੰਮ੍ਰਿਤਪਾਲ ਜਿਹੜੇ ਸੀਗੇ 28/12/23 ਨੂੰ ਗ੍ਰਿਫਤਾਰ ਕਰ ਲਏ ਸੀਗੇ। ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਨਿਹਾਲ ਸਿੰਘ ਬਾਰੇ ਕੀਤੀ ਹੈਗੀ ਹੈ, ਜਿਹੜਾ ਕਿ ਠੱਠ ਕੇ ਪਿੰਡ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਆ, ਇਹਨੂੰ ਗ੍ਰਿਫਤਾਰ ਕਰਕੇ। ਇਹ ਵੀ ਇਹਦੇ ਗੱਡੀ ਖੋਹਣ ਵਾਲੇ ਦੇ ਵਿੱਚ ਖੋਹ ਕਿਉਂ ਸੀਗਾ, ਔਰ ਇਹਦੇ ਕੋਲ ਅੱਜ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘ ਹੈ ਬਹੁਤ ਡੈਡਲੀ ਕ੍ਰਿਮੀਨਲ ਹੈਗਾ, ਔਰ ਇਹਦੇ ਵਿੱਚ ਇਹ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਆ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਵਾਲੇ ਡੇਰੇ ਬਾਬਾ ਨਾਨਕ SHO ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਮੁਕੱਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਤਾਰ ਕੀਤੀ ਹੈ। ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਦੇ ਪਰਚੇ ਤੋਂ ਇਲਾਵਾ ਇਹਦੇ ਉੱਤੇ 4 ਮੁਕੱਦਮੇ ਹੋਰ ਹੈਗੇ ਨੇ। ਇੱਕ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ, ਇੱਕ 67 ਨੰਬਰ ਮੁਕੱਦਮਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਬਟਾਲੇ ਦਾ ਹੈਗਾ, 118 ਨੰਬਰ ਮੁਕੱਦਮਾ ਡੇਰਾ ਬਾਬਾ ਨਾਨਕ ਦਾ ਜਿਹੜਾ ਹੈਗਾ ਆ, ਅਤੇ ਜਿਹੜਾ ਇੱਕ 51 ਨੰਬਰ ਮੁਕੱਦਮਾ ਉਹ ਵੀ ਡੇਰੇ ਬਾਬਾ ਨਾਨਕ ਦਾ। ਇਹ ਜਿਹੜੇ ਤਿੰਨ ਮੁਕੱਦਮੇ ਹੈਗੇ ਨੇ, ਦੋ ਮੁਕੱਦਮੇ ਇਹਦੇ ਵਿੱਚ ਆਰਮਸ ਐਕਟ ਦੇ ਇਲੀਗਲ ਵੈਪਨਸ ਦੇ ਹੈਗੇ ਨੇ, ਇੱਕ ਮੁਕੱਦਮੇ ਦਾ ਝਗੜੇ ਦਾ ਹੈਗਾ, ਔਰ ਇੱਕ ਜਿਹੜਾ ਸਾਡੇ ਵਾਲਾ ਮੁਕੱਦਮਾ ਇਹ ਜਿਹੜੇ ਲੁੱਟਾਂ ਖੋਹਾਂ ਵਾਲਾ ਵਾਰਦਾਤ ਹੈ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕੱਦਮੇ ਇਹਦੇ 'ਤੇ ਦਰਜ ਨੇ, ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ, ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੈਂਟੋਨਮੈਂਟ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਕਾਮਯਾਬੀ ਕੀਤੀ ਹੈ। ਥੈਂਕ ਯੂ ਸਰ। ਗੱਡੀ ਫੜਨ ਦਾ ਮੇਨ ਮੋਟਿਵ ਕੀ ਹੈਗਾ ਜੀ ਉਹਦਾ, ਗੱਡੀ ਜਿਹੜੀ ਗੱਡੀ ਖੋਹ ਕੀਤੀ ਸੀ, ਜਿਹੜੀ ਇਹਨਾਂ ਦਾ ਗੱਡੀ ਖੋਹ ਕਰਕੇ ਵੇਚਦੇ ਸੀਗੇ ਜੀ, ਪਰ ਇਹ ਇਹਦੇ ਜਿਹੜੇ ਪਹਿਲੇ ਦੋ ਸਾਥੀ ਹੈਗੇ ਆ ਉਹ ਫੜੇ ਜਾ ਚੁੱਕੇ ਸੀਗੇ 2012-20 ਫੜੇ ਗਏ ਸੀਗੇ, ਉਹ ਜਿਹੜੇ 28/12 ਨੂੰ ਫੜੇ ਗਏ ਸੀਗੇ, 23 ਨੂੰ ਜੀ ਫੜੇ ਗਈ ਸੀ, ਉਹਨਾਂ ਕੋਲੋਂ ਉਦੋਂ ਬਰਾਮਦ ਹੋਈ ਸੀ।